ਇਨਸਾਨਾਂ ਦੇ ਉੱਤੇ ਲਾਈਏ ਕਿ ਜੇ ਇਨਸਾਨ ਆਹ ਕੁਛ ਕਰੇ ਕੋਈ ਕਿਹੜੀ ਹਰਕਤ ਜਾਂ ਕਿਹੜਾ ਚੀਜ਼ ਆ ਜੇ ਉਹ ਕਰੇ ਤਾਂ ਉਹਦੇ ਤੇ ਵੀ ਫਾਈਨ ਪੈਣਾ ਚਾਹੀਦਾ ਤੇ ਕਿੰਨਾ ਫਾਈਨ ਪੈਣਾ ਚਾਹੀਦਾ ਗਾਲਾਂ ਕੱਢਣ ਤੇ ਕੀ ਫਾਈਨ ਦੇਣਾ ਚਾਹੀਦਾ ਗਾਲਾਂ ਕੱਢਣ ਤੇ ਥੱਪੜ ਇੱਕ ਜਦ ਗੁੱਸਾ ਕਰਦੇ ਆ ਬਹੁਤ ਹਾਂ ਤੂੰ ਡਾਂਟਦੇ ਹਾਂ ਤਾਂ ਫਾਈਨ ਜੇ ਬੰਦਾ ਝੂਠ ਬੋਲੇ ਕੋਈ ਜਾਂ ਆਪਾਂ ਨੂੰ ਹਰਟ ਕਰੇ ਉਸ ਚੀਜ਼ ਦਾ ਹੀ ਫਾਈਨ ਹੋਣਾ ਚਾਹੀਦਾ ਬਾਜ਼ਾਰ ਵੀ ਜਾਣਾ ਐਂ ਤੇ ਅਸੀਂ ਗੱਡੀ ਤੇ ਜਾਂਦਾ ਹੈ ਨਾ ਇਹ ਤਾਂ ਫਾਈਨ ਹੋਣਾ ਚਾਹੀਦਾ ਮਤਲਬ ਕੋਈ ਵੀ ਖਾ ਪੀ ਕੇ ਚੀਜ਼ ਡਾਲ ਦਿੰਦੇ ਹੈ ਜਾਂ ਫਿਰ ਥੂਪ ਦੇ ਦਿੰਦੇ ਹੈ کہیں پہ ਵੀ ਉਹਨਾਂ ਤੇ ਲੱਗਣਾ ਚਾਹੀਏ ਬਸ ਲੋਕਾਂ ਦੇੜੇ ਵਾਲੀ ਖੂਬ ਕਰਨੀ ਚਾਹੀਦਾ ਫਾਈਨ ਅੱਛਾ ਏ ਕੁੜੀ ਤਾਂ ਖਾ ਜਾਂਦੀ ਆ ਉਹਨੂੰ ਕਿਹੜਾ ਫਾਈਨ ਪੈਣਾ ਚਾਹੀਦਾ ਥਾਸੀ ਹੋਣੀ ਚਾਹੀਦੀ ਇਹਨਾਂ ਨੂੰ ਕਿਹੜਾ ਫਾਈਨ ਪਾ ਸਕਦੇ ਨਾ ਜੀ ਮੇਰੇ ਤੋਂ ਵੱਡਾ ਭਰਾ ਮੈਂ ਕਿਹਨੂੰ ਫਿਰ ਕਿਉਂ ਵੱਡਾ ਭਰਾ ਗੱਲਤੀਆਂ ਨਹੀਂ ਕਰਦਾ ਭਲਾ ਇਹ ਕ੍ਰਿੰਜਰ ਕਿਤਾ ਕਿੜੀਆਂ ਹਰਕਤਾਂ ਫालतू ਦੀਆਂ ਹਰਕਤਾਂ ਬੱਲੇ ਗੱਡੀਆਂ ਬੋਲੀਏ ਕ੍ਰਿੰਜ शॉपिंग ज्यादा करती है इसकी शॉपिंग ही बंद कर <laughs> <laughs> <फाइन पाना> <laughs> <laughs> की फाइन पड़ना चाहिए हाथ पैर तोड़ देने चाहिए फोन ले लो और की 21 दिन वास्ते फाइन पैसों का ही लगना चाहिए था। जैसे घर पे चालान आ जाता है ना फोन पे मैसेज <laughs> आ ऐसे ही आदमियों की नंबर प्लेट लगनी चाहिए <laughs> <laughs> जुर्माना भी सजा भी होनी चाहिए जुर्माना भी पड़ना चाहिए आई औदे नहीं हाथ चक्की दा हुंदा कुड़िया कुछ अच्छा जी वो हमारे दिल को ठेस पहुंच जाती है वो नहीं दिखता जी किसी ने बस ये मेरे तो अगर दूर गया तो फाइन ला सकता नहीं तो कुछ नहीं लगा सकते जी ये दूर ना हो एक तो हां ये दूर होने की कोशिश भी करे तो छितर पौणे ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਇਨੀਸ਼ੀਏਟਿਵ ਮੈਨਿਲਮ ਕੁਇਨ ਪ੍ਰਾਈਮ ਵਿਊਜ਼ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਸੁਖਨਾ ਲੈ ਕੇ ਤੇ ਆ ਚੁੱਕੀ ਹਾਂ ਜੀ ਕੈਮਰਾਮੈਨ ਕੁਮਾਰ ਦੇ ਨਾਲ ਤੇ ਇੱਥੇ ਜਿਹੜੇ ਲੋਕ ਘੁੰਮਣ ਆਏ ਨੇ ਸੈਰ ਕਰਨ ਆਏ ਨੇ ਉਹਨਾਂ ਨੂੰ ਮੈਂ ਇੱਕੋ ਹੀ ਸਵਾਲ ਪੁੱਛਣਾ ਜਿੱਦਾਂ ਟ੍ਰੈਫਿਕ ਰੂਲਸ ਹੁੰਦੇ ਆ ਜਦੋਂ ਕੋਈ ਟ੍ਰੈਫਿਕ ਰੂਲ ਤੋੜਦਾ ਆ ਤੇ ਉਹਨੂੰ ਫਾਈਨ ਪੈਂਦਾ ਆ ਉਦਾਂ ਹੀ ਜੇ ਇਨਸਾਨਾਂ ਦੇ ਉੱਤੇ ਕੋਈ ਕੁਸ਼ਕ ਰੂਲ ਜਾਂ ਇਨਸਾਨਾਂ ਦੀ ਕਿਹੜੀ ਚੀਜ਼ ਤੇ ਇਨਸਾਨਾਂ ਨੂੰ ਫਾਈਨ ਪੈਣਾ ਚਾਹੀਦਾ ਫੋਰ ਐਗਜ਼ਾਮਪਲ ਮੈਂ ਲੇਟ ਉੱਠਦੀ ਆ ਤਾਂ ਮੈਨੂੰ ਲੇਟ ਉੱਠਣ ਦਾ ਫਾਈਨ ਪੈਣਾ ਚਾਹੀਦਾ ਆ ਇਦਾਂ ਦੇਖਦੇ ਆ ਕਿ ਲੋਕ ਕਿਹੜੀ ਕਿਹੜੀ ਚੀਜ਼ ਤੇ ਇਨਸਾਨਾਂ ਨੂੰ ਫਾਈਨ ਦਿਵਾਉਣਾ ਚਾਹੁੰਦੇ ਆ ਆਓ ਚੱਲਦੇ ਆ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਠੀਕ ਹੋ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਤੁਸੀਂ ਕਿੱਦਾਂ ਜੀ ਠੀਕ ਹੋ ਠੀਕ ਜੀ ਵਧੀਆ ਬਹੁਤ ਕਿੱਥੋਂ ਦੇ ਹੋ ਤੁਸੀਂ ਰਾਜਸਥਾਨ ਦੇ ਹਾਂ ਜੀ ਰਾਜਸਥਾਨ ਦੇ ਸੋ ਇੱਧਰ ਕੀ ਕਰ ਰਹੇ ਹੋ ਮੈਂ ਇੱਥੇ ਜੌਬ ਕਰ ਰਿਹਾ ਇੱਥੇ ਕਾਦੀ ਵਟਨੀ ਡਾਕਟਰ ਹਾਂ ਠੀਕ ਹੈ ਜੀ ਤੁਸੀਂ ਸੀ ਘੁੰਮਣ ਆਏ ਤੁਸੀਂ ਘੁੰਮਣਾ ਹਾਂਜੀ ਘੁੰਮਣਾ ਪਹਿਲਾਂ ਆਇਓ ਚੰਡੀਗੜ੍ਹ ਨਹੀਂ ਜੀ ਪਹਿਲੀ ਫਸਟ ਕਿੱਦਾਂ ਦਾ ਲੱਗਾ ਚੰਡੀਗੜ੍ਹ ਬਹੁਤ ਵਧੀਆ ਜੀ ਅੱਛਾ ਜੋ ਚੰਡੀਗੜ੍ਹ ਦੇ ਬਾਰੇ ਤੁਸੀਂ ਸੁਣਿਆ ਸੀ ਉਦਾਂ ਦਾ ਹੈਗਾ ਆ ਉਹ ਤੋਂ ਵੱਧ ਕੇ ਹੈ ਜੀ ਉਹ ਤੋਂ ਵੱਧ ਕੇ ਸਭ ਤੋਂ ਵਧੀਆ ਇੱਥੇ ਕੀ ਲੱਗਾ ਇੱਥੇ ਸਾਰਾ ਕੁਝ ਹੀ ਹੈ ਜੀ ਲੋਕੇਸ਼ਨ ਹੈਗੀ ਹੈ ਰੋਜ਼ ਗਾਰਡਨ ਹੋ ਗਿਆ ਰੌਕ ਗਾਰਡਨ ਸੁਖਣਾ ਲੇਕ ਹੋ ਵੀ ਬਾਕੀ ਲੋਕ ਕੀ ਇੱਥੋਂ ਦੇ ਏਰੀਆਜ਼ ਹੈਗੇ ਬਹੁਤ ਵਧੀਆ ਦੇਖਣ ਨੂੰ ਅੱਛਾ ਤੇ ਤੁਸੀਂ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਨੂੰ ਮੈਨੂੰ ਜੀ ਜੂਨਚ ਮੈਂ ਮਤਲਬ ਰਹਿਣ ਲੱਗਿਆ ਸੀ ਇੱਥੇ ਹਾਂ ਹਾਂ ਸਾਲ ਹੋਣਾ ਦਾ ਹੁਣ ਤਾਂ ਹਾਂਜੀ ਲੋ ਸਾਲ ਹੋ ਗਿਆ ਹਾਂਜੀ ਅੱਧਾ ਸਾਲ ਹੋ ਗਿਆ 8 ਮਹੀਨੇ ਹੋ ਗਏ ਚਲੋ ਜੀ ਚਲੋ ਓਕੇ ਮੈਂ ਨਾ ਤੁਹਾਨੂੰ ਇੱਕੋ ਹੀ ਸਵਾਲ ਪੁੱਛਣਾ ਆ ਜਿੱਦਾਂ ਆਪਾਂ ਵਹੀਕਲ ਤੇ ਜਾਂਦੇ ਨਾ ਆਪਣੇ ਟ੍ਰੈਫਿਕ ਰੂਲ ਜਦੋਂ ਅਸੀਂ ਕੋਈ ਤੋੜਦੇ ਆ ਤੇ ਸਾਨੂੰ ਉਹਦਾ ਫਾਈਨ ਪੈਂਦਾ ਆ ਇਹ ਆਪਾਂ ਜੇ ਇਨਸਾਨਾਂ ਦੇ ਉੱਤੇ ਲਾਈਏ ਕਿ ਜੇ ਇਨਸਾਨ ਆਹ ਕੁਛ ਕਰੇ ਕੋਈ ਕਿਹੜੀ ਹਰਕਤ ਜਾਂ ਕਿਹੜਾ ਚੀਜ਼ ਆ ਜੇ ਉਹ ਕਰੇ ਤਾਂ ਉਹਦੇ ਤੇ ਵੀ ਫਾਈਨ ਪੈਣਾ ਚਾਹੀਦਾ ਤੇ ਕਿੰਨਾ ਫਾਈਨ ਪੈਣਾ ਚਾਹੀਦਾ ਫਾਈਨ ਤੇ ਸਾਰਿਆਂ ਤੋਂ ਵੱਡਾ ਤਾਂ ਇਹ ਵੀ ਜੇ ਬੰਦਾ ਝੂਠ ਬੋਲੇ ਕੋਈ ਜਾਂ ਆਪਾਂ ਨੂੰ ਹਰਟ ਕਰੇ ਹਾਂ ਉਸ ਚੀਜ਼ ਦਾ ਹੀ ਫਾਈਨ ਹੋਣਾ ਚਾਹੀਦਾ ਹੋਰ ਤਾਂ ਕੋਈ ਮੈਨੂੰ ਲੱਗਦਾ ਕੋਈ ਕਿੰਨਾ ਕੁ ਫਾਈਨ ਹੋਣਾ ਚਾਹੀਦਾ ਕਿ ਬੀਬੀਆਂ ਬੰਦਿਆਂ ਦਾ ਅਲੱਗ-ਅਲੱਗ ਫਾਈਨ ਹੋਣਾ ਚਾਹੀਦਾ ਨਹੀਂ ਜੀ ਇਸ ਚੀਜ਼ ਨੂੰ ਨਾ ਆਪਾਂ ਪੈਸੇ ਦੇ ਥਰੂ ਨਹੀਂ ਲਿਆ ਸਕਦੇ ਵੀ ਜੇ ਮੈਨੂੰ ਹਰਟ ਕੀਤਾ ਤਾਂ ਭਾਈ ਤੂੰ ਹਜ਼ਾਰ ਫਿਰ ਫਾਈਨ ਕਿੱਦਾਂ ਦਾ ਹੋਵੇ ਲਾਈਕ ਫਾਈਨ ਜੇ ਕਿਸੇ ਨੇ ਝੂਠ ਬੋਲਿਆ ਹਰਟ ਕੀਤਾ ਉਹਨੂੰ ਕਿੱਦਾਂ ਦਾ ਫਾਈਨ ਹੋਵੇ ਫਾਈਨ ਦਾ ਵਸ ਆਇਆ ਹੋਣਾ ਚਾਹੀਦਾ ਜੇ ਮੰਨ ਲਓ ਕਿਸੇ ਨੇ ਹਰਟ ਕੀਤਾ ਹੈਗਾ ਤੁਹਾਨੂੰ ਤਾਂ ਉਸ ਨੂੰ ਫੀਲ ਹੋਣਾ ਚਾਹੀਦਾ ਪਾਈ ਮੈਂ ਹਰਟ ਕੀਤਾ ਹੈਗਾ ਥੇ ਸ਼ੁਡ ਫੀਲ ਸੌਰੀ ਸੌਰੀ ਫੀਲ ਹੋਣਾ ਚਾਹੀਦਾ ਉਹਨੂੰ ਤੁਹਾਨੂੰ ਲੱਗਦਾ ਅੱਜ ਕੱਲ ਕਰਦੇ ਹੁਣ ਪਾਈ ਮੈਂ ਤਾਂ ਪਤਾ ਨਹੀਂ ਅੱਛਾ ਇਹ ਤਾਂ ਇਹਨਾਂ ਨੇ ਬੋਲ ਦਿੱਤਾ ਕਿ ਜੇ ਕੋਈ ਝੂਠ ਬੋਲੇ ਜਾਂ ਹਰਟ ਕਰੇ ਇਨਸਾਨ ਜੇ ਉਹਨਾਂ ਤੇ ਫਾਈਨ ਪੈਂਦੇ ਹੋਣ ਤਾਂ ਇਹ ਪਹਿਣਾ ਚਾਹੀਦਾ ਹੈ ਤੁਹਾਨੂੰ ਕੀ ਲੱਗਦਾ ਇਸ ਤੋਂ ਇਲਾਵਾ ਇਨਸਾਨਾਂ ਦੀ ਕਿਹੜੀ ਗੱਲ ਤੇ ਲਾਈਕ ਕੀ ਉਹਨੇ ਆ ਰੂਲ ਤੋੜ ਦਿੱਤਾ ਹੁਣ ਇਹਨੂੰ ਆ ਫਾਈਨ ਪਹਿਣਾ ਚਾਹੀਦਾ ਫਾਈਨ ਤੇ ਜੀ ਮੈਂ ਗੱਲ ਜੇ ਦੱਸਦੇ ਭਾਈ ਜੀ ਨੇ ਬਈ ਉਹੀ ਮੈਂ ਤਾਂ ਇਸ ਲਾਵਾ ਤੁਸੀਂ ਕੀ ਸੋਚਦੇ ਹੋ ਕਿ ਆ ਵੀ ਚੀਜ਼ ਹੈਗੀ ਹੈ ਹੋਰ ਮੈਂ ਜੀ ਦੋ ਇੱਧਰ ਨੂੰ ਚੱਲ ਜਾਣਾ ਫਿਰ ਤੁਹਾਨੂੰ ਚੇਤੇ ਆਉਣਾ ਆ ਵੀ ਬੋਲ ਸਕਦੇ ਸੀ ਆ ਵੀ ਬੋਲ ਸਕਦੇ ਸੀ ਕੁਝ ਹੋਰ ਲਾਈਕ ਇਹਨਾਂ ਨੂੰ ਫਾਈਨ ਲਾ ਦੋ ਕੁਝ ਇਹ ਕਰਦੇ ਹੋਗੇ ਤੁਸੀਂ ਦੱਸੋ ਇਹਨਾਂ ਦਾ ਮੈਂ ਨਹੀਂ ਹੁੰਦਾ ਸਾਲ ਬੰਦੇ ਹੋਰ ਇਹ ਲੇਟ ਉੱਠਦੇ ਨੂੰ ਲੇਟ ਦਾ ਫਾਈਨ ਪਾਣਾ ਚਾਹ ਐਗਜ਼ਾਮਪਲ ਦਿੱਤੀ ਮੈਂ ਇਦਾਂ ਦੀ ਕੋਈ ਵੀ ਹੋ ਸਕਦੀ ਆਪਣੇ ਹੀ ਦੱਸ ਦਿਓ ਤੁਹਾਨੂੰ ਕਿਹੜਾ ਫਾਈਨ ਪਾਣਾ ਹੈ ਇਹ ਇਹਨਾਂ ਤੇ ਜੇ ਫਾਈਨ ਪਾਉਣ ਹੋਵੇ ਇਹਨਾਂ ਨੂੰ ਕਿਹੜਾ ਫਾਈਨ ਪਾ ਸਕਦੇ ਹੋ ਤੁਸੀਂ ਨਾ ਜੀ ਮੈਂ ਤਾਂ ਵੱਡਾ ਭਰਾ ਬਹਿ ਗਿਆ ਫਿਰ ਕਿਉਂ ਵੱਡਾ ਭਰਾ ਗਲਤੀਆਂ ਨਹੀਂ ਕਰਦਾ ਭਲਾ ਇਨਸਾਨ ਤਾਂ ਗਲਤੀਆਂ ਦਾ ਪੁੱਤਲਾ ਆ ਇਹ ਸਹੀ ਗੱਲ ਹੈ ਜੀ ਬਾਕੀ ਆ ਦੇਦੇ ਆਪਾਂ ਗੱਲ ਲੈਨੇ ਆ ਤਾਂ ਰੂਟੀਨ ਦਾ ਹੁੰਦਾ ਵੀ ਜੇ ਆਪਾਂ ਇੱਕ ਸਟੈਂਡਰਡ ਹੈ ਆ ਹਾਈਡਲ ਕੋਈ ਰੂਟੀਨ ਬਣਾਉਣੇ ਆ ਇਹ ਵੀ ਸਦਿਆਂ ਛੇਤੀ ਉੱਠਣਾ ਪਾਠ ਕਰਨਾ ਤੇ ਫਿਰ ਆਉਦੀ ਜੌਬ ਤੇ ਜਾਣਾ ਜੇ ਉਸ ਨੂੰ ਆਪਾਂ ਤੋੜਦੇ ਆ ਤਾਂ ਆਪਦੇ ਆਪ ਤੇ ਮਲੋ ਹੁੰਦਾ ਫਾਈਨ ਕਿ ਉਹਨੂੰ ਕਿਹੜਾ ਫਾਈਨ ਪੈਣਾ ਰੋਟੀ ਨਹੀਂ ਦੇਣੀ ਨੇ ਨਹੀਂ ਰੋਟੀ ਦਾ ਤਾਂ ਨਹੀਂ ਆਈ ਦੇਣਾ ਨਾ ਮੈਨੂੰ ਉਹ ਹੀ ਤਾਂ ਪੁੱਛਣਾ ਹੀ ਕਿ ਕਿੱਦਾਂ ਦਾ ਫਾਇਨ ਬੈਸ ਆਈ ਹੋ ਸਕਦਾ ਵੀ ਅਗਲੇ ਘੜੇ ਤੋਂ ਆਪਾਂ ਨਾ ਕਰਾਂਗੇ ਇਹ ਬਸ ਇਹੀ ਵਿਆਦ ਚੇਂਜ ਲੈ ਕੇ ਆਈ ਇਹੀ ਫਾਇਨ ਹੈ ਬੰਦੇ ਖਾਤਰ ਹੋਰ ਤਾਂ ਕੁਝ ਨਹੀਂ ਬੰਦਾ ਬੱਡਾ ਭਰਾ ਬੋਲਦਾ ਨਹੀਂ ਇੰਨਾ ਚੁੱਪ ਚੁੱਪ ਹੀ ਆ ਕੋਈ ਨੀ ਬਸ ਇੰਨਾ ਹੀ ਬੋਲੇ ਕਿ ਮੈਂ ਠੀਕ ਆ ਤੁਸੀਂ ਦੱਸੋ ਉਸ ਤੋਂ ਬਾਅਦ ਕੁਝ ਨਹੀਂ ਬੋਲੇ ਹਣੇ ਕੈਮਰਾ ਗੇਰ ਬਸ ਉਹਦਾਂ ਹੀ ਚੁੱਪ ਰਹੇ ਚਲੋ ਮੈਨੂੰ ਪਰ ਬਹੁਤ ਚੰਗਾ ਲੱਗਾ ਤੁਹਾਨੂੰ ਨਾਲ ਗੱਲ ਕਰਕੇ ਥੈਂਕ ਯੂ ਜੀ ਕਿੱਦਾਂ ਜੀ ਠੀਕ ਹੋ ਬਹੁਤ ਵਧੀਆ ਠੰਡ ਬਹੁਤ ਹੋ ਗਈ ਹੈ ਨਾ ਯੈਸ ਅੱਜ ਮਸੀ ਧੁੱਪ ਨਿਕਲੀ ਹੈ ਬਹੁਤ ਮਜ਼ੇਦਾਰ ਤਾਂ ਹੀ ਤੇ ਦੇਖੋ ਤਿੰਨ ਲੇਅਰਜ਼ ਆਫ ਕਪੜੇ ਪਾ ਕੇ আর ਹਵਾ ਦੀ ਠੰਡ ਹੈ ਇਹ ਹਵਾ ਦੀ ਹੈ ਪਰ ਜੋ ਮਜ਼ਾ ਹੈ ਉਹ ਡਿਫਰੈਂਟ ਹੈ ਓਕੇ ਤੁਸੀਂ ਕਿੱਥੋਂ ਦੇ ਹੋ ਤੁਹਾਡਾ ਬੈਕਗ੍ਰਾਉਂਡ ਕਿੱਥੋਂ ਦਾ ਹੈ ਮੈਂ ਚੰਡੀਗੜ੍ਹ ਦੀ ਆ ਚੰਡੀਗੜ੍ਹ ਦੀ ਹਾਂ ਮੈਂ ਚੰਡੀਗੜ੍ਹ ਦੀ ਫਾਰਮਰ ਚੀਫ ਆਰਕੀਟੈਕਟਾ ਸੁਮੇਤ ਕੌਰ ਠੀਕ ਹੈ ਜੀ ਠੀਕ ਹੈ ਹਾਂ ਜੀ ਤੇ ਮੈਨੂੰ ਬਹੁਤ ਵਧੀਆ ਲੱਗਦਾ ਸਭੋ ਜੋ ਤੁਸੀਂ ਕਰ ਰਹੇ ਹੋ ਨਾ ਐ ਮੈਂ ਵੀ ਕਰਦੀ ਹਾਂ ਲੋਕਾਂ ਨੂੰ ਪੁੱਛਦੀ ਹਾਂ ਹੁਣੇ ਹੀ ਮੈਂ ਪੁੱਛੇ ਤੋ ਕਪੜਾ ਜਾ ਰਹੇ ਸੀ ਕਿ ਇਹਨਾਂ ਨੂੰ ਚੰਡੀਗੜ੍ਹ ਕਿਵੇਂ ਲੱਗਦਾ ਸੁਖਨਾ ਲੈਕ ਕਿਵੇਂ ਦਾ ਲੱਗ ਸਭ ਤੋਂ ਵਧੀਆ ਚੀਜ਼ ਇੱਥੇ ਦੀ ਕਿਹੜੀ ਲੱਗਦੀ ਤੁਸੀਂ ਤਾਂ ਇੱਥੇ ਨਹੀਂ ਹੋ ਮੈਨੂੰ ਇੱਥੋਂ ਦੀ ਸੁਖਨਾ ਲੈਕ ਦੀ ਕਨੈਕਟ ਵਿਦ ਨੇਚਰ ਬੜਾ ਅੱਛਾ ਲੱਗਦਾ ਬਿਲਕੁਲ ਪੀਸ ਜੋ ਸ਼ੋਰ ਸ਼ਰਾਬਾ ਵੈਸੇ ਚੰਡੀਗੜ੍ਹ ਚ ਬਾਕੀ ਸ਼ਹਿਰਾਂ ਨਾਲੋਂ ਬਹੁਤ ਘੱਟ ਹੈ ਬਿਲਕੁਲ ਬਿਲਕੁਲ ਬਟ ਫਿਰ ਵੀ ਇੱਥੇ ਆ ਕੇ ਜੋ ਸਕੂਨ ਮਿਲਦਾ ਹੈ ਨਾ ਉਹ ਕੁਝ ਹੋਰ ਹੀ ਹੈ ਠੀਕ ਹੈ ਸ਼ਹਿਰ ਕਰਨ ਦਾ ਮਜ਼ਾ ਹੈ ਤਾਂ ਜਿੱਦਾਂ ਚੰਡੀਗੜ੍ਹ ਸ਼ਹਿਰ ਦੇ ਜਿਹੜੇ ਟ੍ਰੈਫਿਕ ਰੂਲਸ ਆ ਬਹੁਤ ਹੀ ਸਟ੍ਰਿਕਟ ਹੈਗੇ ਆ ਹਨਾ ਮੇਰਾ ਇਹਨਾਂ ਰੂਲਸ ਨਾਲ ਰਿਲੇਟਡ ਹੀ ਆ ਆਪਾਂ ਟ੍ਰੈਫਿਕ ਰੂਲ ਨੂੰ ਸਾਈਡ ਤੇ ਰੱਖ ਕੇ ਇਨਸਾਨਾਂ ਦੇ ਰੂਲਾਂ ਦੀ ਗੱਲ ਕਰ ਲੈਨੇ ਲਾਈਕ ਜੇ ਇਨਸਾਨਾਂ ਨੂੰ ਵੀ ਫਾਈਨ ਪਾਉਣਾ ਹੋਵੇ ਜਿੱਦਾਂ ਟ੍ਰੈਫਿਕ ਰੂਲ ਕੋਈ ਤੋੜਦਾ ਉਹਨੂੰ ਫਾਈਨ ਪੈਂਦਾ ਨਾ ਜੇ ਇਨਸਾਨਾਂ ਨੂੰ ਫਾਈਨ ਪਾਉਣਾ ਹੋਵੇ ਤੁਹਾਨੂੰ ਕੀ ਲੱਗਦਾ ਕਿਹੜਾ ਰੂਲ ਤੋੜਨ ਤੇ ਜਾਂ ਕਿਹੜੀ ਚੀਜ਼ ਤੇ ਉਹਨੂੰ ਫਾਈਨ ਪੈਣਾ ਚਾਹੀਦਾ ਤੇ ਕਿਹੜਾ ਫਾਈਨ ਪੈਣਾ ਚਾਹੀਦਾ ਦੇਖੋ ਬਹੁਤ ਚੀਜ਼ਾਂ ਨੇ ਇੱਕ ਦੋ ਮੈਂ ਤਾਂ ਕਹਿੰਨੀ ਹੈ ਜਿਹੜੀ ਵੈਂਡਲਿਜ਼ਮ ਆਪਾਂ ਕਰਦੇ ਆ ਨਾ ਮਤਲਬ ਅਸੀਂ ਸ਼ਹਿਰ ਨੂੰ ਇੱਕ ਪਾਸੇ ਸੁੰਦਰ ਬਣਾਉਂਦੇ ਆ ਦੂਜੇ ਪਾਸੇ ਅਸੀਂ ਇਨਕ੍ਰੋਚਮੈਂਟਸ ਕਰਦੇ ਆ ਮਤਲਬ ਜਿਹੜੇ ਰੂਲਸ ਨੇ ਸ਼ਹਿਰ ਦੀ ਖੂਬਸੂਰਤੀ ਨੂੰ ਵਨਾਨ ਲਈ ਰੱਖੀ ਹੋਏ ਤੁਸੀਂ ਐਡਵਰਟਾਈਜ਼ਮੈਂਟਸ ਦਾ ਦੇਖ ਲਓ ਪੇੜਾਂ ਨੂੰ ਨਾ ਕੱਟਣ ਦਾ ਦੇਖੋ ਐਡਵਰਟਾਈਜ਼ਮੈਂਟ ਕੰਟਰੋਲ ਇਨਸਾਨਾਂ ਨੂੰ ਕਿਹੜਾ ਫਾਈਨ ਪਾਉਂਗੇ ਫੋਰ ਐਗਜ਼ਾਮਪਲ ਮੈਂ ਕਹੂੰਗੀ ਕਿ ਤੁਸੀਂ ਇਥੋਂ ਦੀ ਉੱਚ-ਉੱਚ ਬੋਲ ਕੇ ਗਏ ਤੁਹਾਨੂੰ ਇਹ ਫਾਈਨ ਪਾਉਣਾ ਤੁਸੀਂ ਨੌਇਸ ਪੋਲੂਸ਼ਨ ਕੀਤਾ ਮੈਂ ਐਗਜ਼ਾਮਪਲ ਦਿੱਤੀ ਆ ਇਨਸਾਨਾਂ ਨੂੰ ਪਾਉਣਾ ਆਪਾਂ ਕਿਸੇ ਹੋਰ ਨੂੰ ਨਹੀਂ ਕਿਸੇ ਨੇ ਵਹੀਕਲ ਦਾ ਕੀਤਾ ਇਨਸਾਨਾਂ ਦਾ ਇਨਸਾਨਾਂ ਦਾ ਇਹ ਉਹਨਾਂ ਨੂੰ ਮਤਲਬ ਆਪਣੇ ਆਪ ਥੋੜਾ ਕੁਐਸਚਨ ਮੈਨੂੰ ਬਹੁਤ ਕਲੀਅਰ ਨਹੀਂ ਹੋਇਆ ਮੈਂ ਇਹ ਕਹਿ ਰਹੀ ਹਾਂ ਫੋਰ ਐਗਜ਼ਾਮਪਲ ਹਾਂ ਹਾਂ ਮੈਂ ਐਗਜ਼ਾਮਪਲ ਦਿੰਨੀ ਆ ਜਿੱਦਾਂ ਮੈਂ ਆ ਜੇ ਮੈਂ ਆਪਣੇ ਆਪ ਨੂੰ ਫਾਈਨ ਦੇਣਾ ਹੋਵੇ ਮੈਂ ਲੇਟ ਉੱਠਦੀ ਆ ਮੈਨੂੰ ਲੇਟ ਉੱਠਣ ਦਾ ਫਾਈਨ ਪਵੇ ਹਾਂ ਐਗਜ਼ਾਮਪਲ ਦਿੱਤੀ ਹੁਣ ਕਲੀਅਰ ਹੋ ਗਿਆ ਹਾਂ ਇਨਸਾਨਾਂ ਦਾ ਕਿਹੜੀਆਂ ਚੀਜ਼ਾਂ ਦਾ ਲਾਈਕ ਉਹਨੂੰ ਫਾਈਨ ਨਹੀਂ ਇਹਦਾ ਮੁੰਡੇ ਨੇ ਬੋਲਿਆ ਕਿ ਇਨਸਾਨ ਝੂਠ ਬੋਲਦੇ ਉਹਨੂੰ ਫਾਈਨ ਪਾਉਣਾ ਚਾਹੀਦਾ ਅੱਛਾ ਮੈਂ ਉਹਦਾ ਹਾਂ ਹਾਂ ਇਨਸਾਨਾਂ ਨੂੰ ਸ਼ਹਿਰ ਚੰਡੀਗੜ੍ਹ ਪਾਰਟਿਕੂਲਰਲੀ ਖੂਬਸੂਰਤੀ ਸਮਝਣੀ ਚਾਹੀ ਵੀਓ ਲੰਗ ਨਾਂ ਕਰ ਉੱਥੇ ਉਹਨਾਂ ਨੂੰ ਫਾਈਨ ਪਾਉਣਾ ਬਿਸ਼ੱਕ ਉਹ ਕੂੜਾ ਹੁਣ ਤੁਸੀਂ ਦੇਖੋ ਇੱਥੇ ਆਪਾਂ ਬੈਠੇ ਹੁੰਨੇ ਆਂ ਅਸੀਂ ਆਪਣੇ ਆਰਾਮ ਨਾਲ ਚਾਹ ਚੂਪੀ ਕੇ ਰੈਪਰ ਅਥੇ ਸੁੱਟ ਗੰਦਗੀ ਦਾ ਕਾਰਨ ਹੈ ਛੋਟੇ ਛੋਟੇ ਰੈਪਰਾਂ ਦੀ ਉਹ ਸ਼ਹਿਰ ਨੂੰ ਖਰਾਬ ਕਰਦੇ ਹਨ ਮਤਲਬ ਹੁਣ ਅਸੀਂ ਇਹ ਤਾਂ ਆਈ ਥਿੰਕ ਰੂਲ ਹਰ ਜਗ੍ਹਾ ਜ਼ਰੂਰੀ ਨਹੀਂ ਕਿ ਚੰਡੀਗੜ੍ਹ ਜਿੱਥੇ ਵੀ ਅਸੀਂ ਹੈਗੇ ਆਂ ਹਰ ਜਗ੍ਹਾ ਇਹ ਰੂਲ ਨੂੰ ਫਾਲੋ ਕਰਨਾ ਚਾਹੀਦਾ ਉਦਾਂ ਕਿਹੜਾ ਫਾਈਨ ਪੈਸਾਂ ਤੋਂ ਛੱਡ ਕੇ ਕਿਹੜਾ ਫਾਈਨ ਦੇਣਾ ਚਾਹੀਦਾ ਇਹਨੂੰ ਕਿ ਸ਼ਹਿਰ ਚ ਨਾ ਵੜੋ ਨੇ 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 ਸ਼ਹਿਰ ਮਤਲਬ ਸਮਝਾ ਸਾਡੀ ਦੇਖੋ ਕੋਸ਼ਿਸ਼ ਹੈ ਸਾਡੇ ਸਾਰਿਆਂ ਚ ਕੰਮ ਹੈ ਪਰ ਜੇ ਸਾਨੂੰ ਥੋੜਾ ਕੋਈ ਜਾਗਰੂਕ ਕਰਾ ਦੇ ਕਿਹਾ ਇਹਦੇ ਨਾਲ ਤੁਹਾਡਾ ਇਹਨਾਂ ਦੇਖੋ ਓਵਰঅল ਇਹਨਾਂ ਨੂੰ ਨੁਕਸਾਨ ਹੋ ਰਿਹਾ ਤੁਹਾਡਾ ਹੀ ਨਹੀਂ ਪੋਲਿਊਸ਼ਨ ਹੋ ਰਹੀ ਹੈ ਹੁਣ ਟ੍ਰੈਫਿਕ ਦੀ ਤੁਸੀਂ ਗੱਲ ਕੀਤੀ ਹੈ ਇਹ ਇਹਦੇ ਕਰਕੇ ਹੀ ਹੈ ਨਾ ਕਿਉਂਕਿ ਅਸੀਂ ਬਸਾਂ ਦੇ ਨਹੀਂ ਚੜਦੇ ਬਸਾਂ ਸ਼ਹਿਰ ਰਿਤਕੀਆਂ ਚਲਾਈਆਂ ਪਰ ਅਸੀਂ ਪੈਂਪਰਡ ਲੋਕ ਆ ਮੈਂ ਤਾਂ ਇਹ ਕਹਿ ਰਹੀ ਆ ਕਿ ਲੋਕਾਂ ਨੂੰ ਇਨਸੈਂਟਿਵ ਦੇਣੇ ਚਾਹੀਦੇ ਹੂੰ 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 ਪਨਿਸ਼ ਕਰਨ ਦੀ بجائے ਤੁਸੀਂ ਇਨਸੈਂਟਿਵ ਦਿਓ ਜਿਹੜਾ ਸਾਈਕਲ ਚਲਾਉਂਦਾ ਜਿਹੜਾ ਪੈਦਲ ਜਾਂਦਾ ਆਪਣੇ ਕੰਮ ਨੂੰ ਜਾਂਦਾ ਸ਼ਹਿਰ ਐਦਾਂ ਦਾ ਬਣਾਇਆ ਕਿ ਪੈਦਲ ਚੱਲਣ ਲਈ ਪਰ ਅਸੀਂ ਕੀ ਕੀਤਾ ਅਸੀਂ ਗੱਡੀਆਂ ਹਲ ਤੁਰ ਗਏ ਉਹ ਜਗ੍ਹਾ ਹੀ ਨਹੀਂ ਮਿਲਦੀ ਪੈਦਲ ਜਾਂਦੇ ਨੂੰ ਤਾਂ ਕੁਝ ਨਹੀਂ ਸਮਝਦੇ ਗੱਡੀਆਂ ਸਾਈਡ ਵਾਕ ਜਿਹੜੇ ਨੇ ਮੈਂ ਕਹੇ ਰੀਂ ਜੇ ਸਾਈਡ ਫੁੱਟ ਪਾਥ ਨੂੰ ਤੁਸੀਂ ਇਨਕ੍ਰੋਚ ਕਰਦੇ ਹੋ ਤੁਸੀਂ ਲੋਕਾਂ ਦਾ ਰਸਤਾ ਰੋਕਦੇ ਹੈਨਾ ਸੇਫਟੀ ਲੋਕਾਂ ਦੀ ਹੁੰਦੀ ਹੈ ਹੈਲਥ ਲੋਕਾਂ ਨੂੰ ਹੁੰਦਾ ਹੈ ਕਿ ਮੈਂ ਕਿਉਂ ਨਿਕਲਾਂ ਬਾਹਰ ਜੇ ਮੇਰਾ ਕੋਈ ਐਕਸੀਡੈਂਟ ਹੀ ਹੋਣਾ ਸੜਕ ਉਤੇ ਚੱਲ ਕੇ ਤੋ ਇਹ ਛੋਟੀ ਛੋਟੀ ਚੀਜ਼ਾਂ ਦੇਖੋ ਇਹਨਾਂ ਦਾ ਓਵਰਆਲ ਇੰਪੈਕਟ ਬਹੁਤ ਹੈਗਾ ਸੋ ਮੈਂ ਕਹਿ ਰਹੀ ਹਾਂ ਕਿ ਅਪਾ ਸਟਰੀਟ ਵਾਕਸ ਨੂੰ ਹੀ ਜੇ ਕਰ ਲਈਏ ਲੋਕਾਂ ਨੂੰ ਬਹੁਤ ਸਟ੍ਰਿਕਟ ਫਾਈਨ ਹੋਣੀ ਚਾਹੀਦੀ ਬਹੁਤ ਬਹੁਤ ਵਧੀਆ ਲੋਕਾਂ ਨੂੰ ਪੈਦਲ ਚਲਣ ਦੀ ਉਤਸੁਕਤਾ ਹੋਣੀ ਚਾਹੀਦੀ ਹੈ ਸ਼ਹਿਰ ਬਣਿਆ ਹੀ ਹੈ ਚਲਣ ਵਾਸਤੇ ਆ ਦੇਖੋ ਤੁਰਦੇ ਤੁਰਦੇ ਦੇਖੋ ਗੱਡੀ ਚ ਕਿੱਥੇ ਪਤਾ ਲੱਗਦਾ ਪ੍ਰੋਪਰ ਬਿਊਟੀ ਨਹੀਂ ਜੋ ਸ਼ੈਨ ਦਾ ਤੁਸੀਂ ਮਜ਼ਾ ਲੈ ਸਕਦੇ ਹੋ ਉਹ ਚੱਲ ਕੇ ਹੀ ਲੈ ਸਕਦੇ ਬਿਲਕੁਲ ਸਹੀ ਬਿਲਕੁਲ ਤੇ ਉਹਦੇ ਇੰਨੇ ਫਾਇਦੇ ਹਨ ਤੁਸੀਂ ਲੋਕਾਂ ਨਾਲ ਉਹਨਾਂ ਆਪਸ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਇਹ ਜਿਹੜੀ ਇੰਟਰੈਕਸ਼ਨ ਹੈ ਕਾਰ ਵਿੱਚ ਬੈਠੇ ਥੋੜਾ ਹੋਣੀ ਸੀ ਬਿਲਕੁਲ ਨਹੀਂ ਬਿਲਕੁਲ ਸੋ ਉਹਦੇ ਲੋਕੀ ਵੈਲਿਊ ਸਮਝਣ ਪੈਦਲ ਚੱਲਣ ਦਾ ਤੇ ਜੇ ਨਾ ਚੱਲਣ ਹੁਣ ਸੈਕਟਰ ਦਾ ਸਾਡਾ ਸਾਈਜ਼ ਹੈਗਾ ਉਹ ਡਿਜ਼ਾਈਨ ਹੀ ਇਸ ਤਰ੍ਹਾਂ ਹੋਇਆ ਹੈ ਕਿ ਲੋਕੀ ਆਪਣੇ ਕਾਰ ਤੋਂ ਮੈਕਸਿਮਮ 10 ਮਿੰਟ ਤੱਕ ਕਿਸੇ ਵੀ ਚੀਜ਼ ਲਈ ਸ਼ਾਪਿੰਗ ਲਈ ਸਕੂਲ ਲਈ ਹੈਨਾ ਪਰ ਅਸੀਂ ਨਹੀਂ ਕਰਦੇ ਅਸੀਂ ਗੱਡੀ ਬਾਜ਼ਾਰ ਵੀ ਜਾਣਾ ਹੈ ਅਸੀਂ ਗੱਡੀ ਤੇ ਜਾਣਾ ਹੈ ਹੈਨਾ ਇਹ ਤਾਂ ਫਾਈਨ ਹੋਣਾ ਚਾਹੀਦਾ ਲੱਗਦਾ ਹੈ ਬਿਲਕੁਲ ਤੇ ਇਹਦੇ ਨਾਲ ਬਹੁਤ ਫਾਇਦਾ ਜਿਹੜੇ ਅਸੀਂ ਗੱਲਾਂ ਕਰ ਰਹੇ ਨਾ ਕਿ ਇੱਥੇ ਮੈਟਰੋ ਹੋਵੇ ਉਹ ਸਭ ਕੁਝ ਦੀ ਲੋੜ ਹੀ ਨਾ ਪਵੇ ਜੇ ਅਸੀਂ ਪੈਦਲ ਚੱਲਣ ਦੀ ਕੋਸ਼ਿਸ਼ ਕਰ ਮੈਨੂੰ ਬਹੁਤ ਚੰਗਾ ਲੱਗਾ ਤੁਸੀਂ ਬਹੁਤ ਸੋਹਣਾ ਬੋਲਿਆ ਆ ਤੇ ਤੁਸੀਂ ਜਿਸ ਵਿਸ਼ੇ ਤੇ ਬੋਲਿਆ ਉਹ ਬਹੁਤ ਹੀ ਸੋਹਣਾ ਹੈ ਤੇ ਵਾਕਈ ਦੇ ਵਿੱਚ ਕੋਈ ਨਾ ਕੋਈ ਵਿਚਾਰ ਜਿਹੜਾ ਆ ਉਹ ਹੋਣਾ ਚਾਹੀਦਾ ਚੰਗਾ ਲੱਗਾ ਜੀ ਮੈਨੂੰ ਗੱਲ ਕਰਕੇ ਸੋ ਨਾਈਸ ਆਫ ਯੂ ਤਾਂ ਜੀ ਠੀਕ ਹੋ ਹਾਂਜੀ ਤੁਸੀਂ ਕਿੱਦਾਂ ਜੀ ਹਾਂਜੀ ਠੀਕ ਹੋ ਓਕੇ ਕੀ ਕਰਦੇ ਹੋ ਤੁਸੀਂ ਮੈਂ ਬੀਏ ਬੀਏ ਕਰਦੇ ਹਾਂ ਹਾਂਜੀ ਚੰਡੀਗੜ੍ਹ ਚ ਨਹੀਂ ਨਹੀਂ ਹਿਮਾਚਲ ਹਿਮਾਚਲ ਦੇ ਹਾਂ ਹਾਂਜੀ ਘੁੰਮਨੇ ਆਏ ਹਾਂ ਹਾਂ ਦਿੱਲੀ ਦੇ ਪਾਸ ਅੱਛਾ ਜੀ ਤੁਸੀਂ ਕੀ ਕਰਦੇ ਹੋ ਮੈਂ ਕੁਝ ਮੈਨੂੰ ਕਰਦੀ ਹਾਊਸ ਵਾਈਫ ਹਾਂ ਹਾਂ ਤੁਸੀਂ ਵੀ ਹਿਮਾਚਲ ਦੇ ਹੋ ਹਾਂਜੀ ਇੱਥੇ ਕਿੰਨਾ ਟਾਈਮ ਹੋ ਗਿਆ ਰਹਿੰਦੇ ਇਹਨੂੰ ਅਭੀ ਤਾਂ 6-7 ਮਹੀਨਾਂ ਨੂੰ ਹੋਏ ਸ਼ਾਦੀ ਕੇ ਬਾਅਦ ਅੱਛਾ ਵਿਆਹ ਕਰਕੇ ਇੱਥੇ ਆਈ ਹਾਂ ਹਾਂਜੀ ਅੱਛਾ ਠੀਕ ਹੈ ਤੁਹਾਨੂੰ ਕਿੱਦਾਂ ਲੱਗਿਆ ਚੰਡੀਗੜ੍ਹ ਵਧੀਆ ਪਹਿਲਾਂ ਆਏ ਹਾਂ ਹਾਂਜੀ ਪਹਿਲੇ ਵੀ ਆਈ ਹਾਂ ਅੱਛਾ ਤਾਂ ਤੁਹਾਨੂੰ ਇੱਥੇ ਚੰਡੀਗੜ੍ਹ ਦੇ ਵਿੱਚ ਸਭ ਤੋਂ ਵਧੀਆ ਕੀ ਲੱਗਦਾ ਯਾਨਕਾ ਸਭ ਹੀ ਵਧੀਆ ਹੈ ਸਾਰਾ ਵਧੀਆ ਲੱਗਦਾ ਹੈ ਜੀ ਤੁਹਾਨੂੰ ਕੀ ਵਧੀਆ ਲੱਗਾ ਇੱਥੇ ਹਮੇ ਵੀ ਸਭ ਹੀ ਅੱਛਾ ਹੈ ਸਾਰਾ ਵਧੀਆ ਹੈ ਓਕੇ ਮੈਂ ਤੁਹਾਨੂੰ ਇੱਕੋ ਹੀ ਸਵਾਲ ਪੁੱਛਣਾ ਹੈ ਜਿੱਦਾਂ ਆਪਾਂ ਟ੍ਰੈਫਿਕ ਰੂਲ ਹੁੰਦੇ ਨਾ ਜੇ ਉਹਨੂੰ ਤੋੜੋ ਤਾਂ ਫਾਈਨ ਪੈਂਦਾ ਆ ਜੇ ਇਦਾਂ ਹੀ ਰੂਲ ਹੋਣ ਇਨਸਾਨਾਂ ਦੇ ਕਿ ਇਨਸਾਨ ਜੇ ਆ ਚੀਜ਼ ਕਰੂਗਾ ਇਹਨੂੰ ਫਾਈਨ ਪੈਣਾ ਆ ਕਿਹੜੀ ਚੀਜ਼ ਤੇ ਤੁਹਾਨੂੰ ਲੱਗਦਾ ਕਿ ਇਨਸਾਨਾਂ ਨੂੰ ਫਾਈਨ ਪੈਣਾ ਚਾਹੀਦਾ ਕੁਝ ਵੀ ਹੋ ਸਕਦਾ ਫੋਰ ਐਗਜ਼ਾਮਪਲ ਮੈਂ ਲੇਟ ਉੱਠਦੀ ਆ ਮੈਨੂੰ ਲੇਟ ਉੱਠਣ ਦਾ ਫਾਈਨ ਪੈਣਾ ਚਾਹੀਦਾ ਐਗਜ਼ਾਮਪਲ ਦਿੱਤੀ ਆ ਕਿ ਕੁਐਸਚਨ ਤੁਹਾਨੂੰ ਸਮਝ ਆ ਗਿਆ ਤੁਹਾਨੂੰ ਕੀ ਲੱਗਦਾ ਕਿ ਇਨਸਾਨਾਂ ਦੀ ਕਿਹੜੀਆਂ ਗਲਤੀਆਂ ਜਾਂ ਗੱਲਾਂ ਤੇ ਫਾਈਨ ਪੈਣਾ ਚਾਹੀਦਾ ਚਲੋ ਜੇ ਫੋਰ ਐਗਜ਼ਾਮਪਲ ਇਹਨਾਂ ਨੂੰ ਫਾਈਨ ਪਾਣਾ ਹੋਏ ਕਿਸੇ ਗੱਲ ਦਾ ਤੁਹਾਨੂੰ ਕੀ ਲੱਗਦਾ ਇਹਨਾਂ ਨੂੰ ਕਿਹੜੀ ਗੱਲ ਤੇ ਫਾਈਨ ਪੈਣਾ ਚਾਹੀ ਥੋੜੇ ਸਟ੍ਰਿਕਟ ਹੈ ਹਾਂ ਤੇ ਇਹੀ ਇਹੀ ਹੋ ਗਿਆ ਅੱਛਾ ਜੇ ਇਹ ਸਟ੍ਰਿਕਟ ਬਹੁਤ ਨਹੀਂ ਤੁਹਾਡੇ ਤੇ ਲਾਈਕ ਹੈਗੇ ਜੀ ਕਿਹੜੀ ਗੱਲ ਦਾ ਕੀ ਚੀਜ਼ ਦਾ ਫਾਈਨ ਪੈਣਾ ਚਾਹੀਦਾ ਲਾਈਕ ਕਿ ਇਹ ਇੰਨੇ ਦਿਨ ਬੋਲਣ ਨਾ ਜਾਂ ਕੀ ਤੁਹਾਨੂੰ ਕੀ ਲੱਗਦਾ ਜਦ ਗੁੱਸਾ ਕਰਤੇ ਹੈ ਬਹੁਤ ਹਾਂ ਤੇ ਡਾਂਟਦੇ ਹੈ ਤਾਂ ਫਾਈਨ ਨਹੀਂ ਕੀ ਫਾਈਨ ਕੀ ਪੈਣਾ ਚਾਹੀਦਾ ਜਿੱਦਾਂ ਰੂਲ ਤੋੜਦੇ ਹੈ ਤੇ ਇੰਨੇ ਪੈਸੇ ਫਾਈਨ ਦਿੰਦੇ ਨਾ ਆਪਾਂ ਜੇ ਇਹ ਸਟ੍ਰਿਕਟ ਹੁੰਦੇ ਜੇ ਇਹਨਾਂ ਨੇ ਫੋਰ ਐਗਜ਼ਾਮਪਲ ਹੁਣ ਤੁਹਾਡੇ ਉੱਤੇ ਸਟ੍ਰਿਕਟ ਹੋਏ ਕਿਉਂਕਿ ਸਟ੍ਰਿਕਟ ਹੋਣਾ ਮਨਾ ਹੈ ਇਹਨਾਂ ਨੂੰ ਉਹਦੇ ਬਦਲੇ ਫਾਈਨ ਕਿ ਦੇਣਾ ਮੈਂ ਉਹ ਪੁੱਛਦੀ ਪਈ ਫੂੜੀ ਬਹੁਤ ਹੈ ਇਸ ਕੋ ਘਾਣਾ ਨਹੀਂ ਬੜਾ ਖਣਾ ਬੰਦ ਕਰਦੇ ਹਨਾ ਹਾਂ ਇਹ ਹੋਇਆ ਅੱਛਾ ਤੁਹਾਨੂੰ ਕੀ ਲੱਗਦਾ ਉਹਨਾਂ ਦੇ ਜੇ ਕਰਨਾ ਹੋਵੇ ਫਾਈਨ ਕਿਹੜੀ ਗੱਲ ਦਾ ਹੋਵੇ ਹੁਣੀ ਮੂਹ ਹੀ ਕਮਾ ਲਿਆ ਉਧਰ ਨੂੰ ਹੈ ਜਿੱਦਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਟ੍ਰਿਕਟ ਹੋ ਤੁਹਾਨੂੰ ਇਹਦਾ ਤਾਂ ਫੂੜੀ ਆ ਇਸ ਲਈ ਬਾਹਰ ਦੀਆਂ ਚੀਜ਼ਾਂ ਬੰਦ ਕਰ ਦੇਣੀਆਂ ਉਹਨਾਂ ਨੂੰ ਕਿਹੜੀ ਗੱਲ ਦਾ ਫਾਈਨ ਪਾਣਾ ਚਾਹੀਦਾ ਸ਼ਾਪਿੰਗ ਜ਼ਿਆਦਾ ਕਰਦੀ ਹੈ। ਇਸ ਦੀ ਸ਼ਾਪਿੰਗ ਹੀ ਬੰਦ ਕਰਾਈ। ਐ ਬਹੁਤ ਵਧੀਆ। ਜਿਹੜੀ ਸ਼ਾਪਿੰਗ ਕਰਦੀ ਹੈ ਉਹ ਬੰਦ ਕਰਕੇ ਉਹੀ ਪਨਿਸ਼ਮੈਂਟ ਹੈ ਕਿ ਸ਼ਾਪਿੰਗ ਬੰਦ ਕਰ ਦੇਣੀ। ਕਿੰਨੀ ਕ ਕਰ ਲੈਂਦੇ ਸ਼ਾਪਿੰਗ ਇਹ। ਇਹ ਜਿੱਥੇ ਜਾਂਦੇ ਚੀਜ਼ਾਂ ਚੱਕ ਲਿਆ ਹੋਵੇ। ਹਾਂ, ਜਹਾ ਵੀ ਜਾਂਦੀ ਹੈ ਉਸ ਕੋਲ ਪਸੰਦ ਆ ਜਾਂਦਾ ਹੈ। ਲੈਣ ਕੁਝ ਹੋਰ ਗਏ ਹੁੰਦੇ, ਚੱਕ ਕੁਝ ਹੋਰ ਲਿਆਉਂਦੇ। ਹੈਨਾ? ਤੁਸੀਂ ਤੁਸੀਂ ਕਰਦੇ ਹੋ ਵੈਸੇ ਤਾਂ ਇਹ ਮੈਨੂੰ ਲੱਗਦਾ ਹਰ ਜਿਹੜੀ ਬੀਬੀ ਆ, ਹਰ ਲੇਡੀ ਕਰਦੀ ਹੈ ਇਹ। ਨਹੀਂ ਮੈਂ ਬਹੁਤ ਕੰਮ ਕਰਦੀ। ਹੂੰ ਸਾਫਟ ਤੁਸੀਂ ਸਟ੍ਰਿਕਟ ਹੋ ਨਾ ਫਿਰ ਠੀਕ ਹੈ ਜੀ ਮੈਨੂੰ ਚੰਗਾ ਲੱਗਾ ਜੀ ਗੱਲ ਕਰਕੇ ਤੁਹਾ ਨਾਲ ਥੈਂਕ ਯੂ ਕਿਤਾ ਜੀ ਠੀਕ ਹੋ ਵਦਿਆ ਜੀ ਤੁਸੀਂ ਸੁਣਾ ਬਹੁਤ ਵਧੀਆ ਤੁਸੀਂ ਕਿੱਦਾਂ ਠੀਕ ਹੋ ਵਧੀਆ ਕਿੱਥੋਂ ਦੇ ਹੋ ਪੰਚਕਲਾ ਹਰਿਆਣਾ ਪੰਚਕਲਾ ਕੀ ਕਰਦੇ ਹੋ ਕਿਹੜੀ ਕਲਾਸ ਚ ਹਲੇ ਤਾਂ 10th ਚ ਆ 10th ਚੋਂ ਤੁਸੀਂ 10th ਓਕੇ ਅਗਾ ਜਾ ਕੇ ਕੀ ਕਰਨਾ ਵੱਡੇ ਹੋ ਕਿ ਕੀ ਪੜਨਾ ਸੋਚਿਆ ਕੁਝ ਹਾਂ ਵੀ ਤਾਂ ਇਵੈਂਟ ਮੈਨੇਜਮੈਂਟ ਦਾ ਸੋਚਿਆ ਦਾ ਹਾਂ ਹਾਂ ਕੁਸੀਂ ਮੈਂ ਤਾਂ ਸੋਚਿਆ ਸੀ ਇਹ ਕਰਨਾ ਐ ਐਬਰੋਡ ਪੰਜਾਬੀ ਦਾ ਹੋਈ ਹੁੰਦਾ ਹੁਣ ਉੱਥੇ ਜਾਣਾ ਹੈ ਹਾਂ ਕਿੱਥੇ ਜਾਣਾ ਆਸਟ੍ਰੇਲੀਆ ਜਾਣ ਦਾ ਸੋਚਿਆ ਕੈਨੇਡਾ ਕੈਨੇਡਾ ਨਹੀਂ ਜਾ ਕੈਨੇਡਾ ਪਿਨੀ ਪੰਜਾਬੀ ਬਣ ਗਿਆ ਉਹ ਤਾਂ ਹੋਰ ਬਹੁਤੇ ਘਣੇ ਨਹੀਂ ਜਾਗੇ ਉੱਥੇ ਹੋਰ ਕੀ ਹੋਰ ਕੀ ਕਰਨਾ ਹੈ ਅੱਛਾ ਠੀਕ ਹੈ ਓਕੇ ਤੇ ਇੱਥੇ ਚੰਡੀਗੜ੍ਹ ਪਹਿਲਾਂ ਵੀ ਆਏ ਹੋ ਕੌਣ ਦੇ ਰਹਿੰਦੇ ਹੋ ਉਂਦੇ ਰਹਿੰਦੇ ਆਲੇ ਕੱਲ ਆ ਕੇ ਗਿਆ ਸੀ ਰਾਤ ਅੱਛਾ ਸੋਣਾ ਕੀ ਕਰਨਾ ਹੈ ਉਨਾ ਪੇਪਰ ਦੇ ਕੇ ਆਇਆ ਸੀ ਵੇਲੇ ਸੀ ਤਾਂ ਆ ਗਏ ਲਿਖ ਤੇ ਆ ਗਏ ਨਾਲੇ ਧੁੱਪ ਨਿਕਲੀ ਆ ਹਾਂਜੀ ਤਾਈ ਅੱਛਾ ਠੀਕ ਹੈ ਜੀ ਅੱਛਾ ਮੈਨੂੰ ਇਹ ਦੱਸੋ ਜਿੱਦਾਂ ਟ੍ਰੈਫਿਕ ਰੂਲਸ ਹੁੰਦੇ ਨਾ ਜਦੋਂ ਕੋਈ ਉਹਨੂੰ ਤੋੜਦਾ ਤੇ ਉਹਨੂੰ ਫਾਈਨ ਪੈਂਦਾ ਆ ਉਦੋਂ ਜੇ ਇਨਸਾਨਾਂ ਦੇ ਉੱਤੇ ਫਾਈਨ ਵਾਲਾ ਸਿਸਟਮ ਜੇ ਸ਼ੁਰੂ ਕੀਤਾ ਜਾਵੇ ਤੁਹਾਨੂੰ ਕੀ ਲੱਗਦਾ ਇਨਸਾਨਾਂ ਦੀ ਕਿਹੜੀ ਗੱਲ ਤੇ ਉਹਨੂੰ ਫਾਈਨ ਪੈਣਾ ਚਾਹੀਦਾ ਆ ਗਾਲਾਂ ਕੱਢਣ ਤੇ ਕੀ ਫਾਈਨ ਦੇਣਾ ਚਾਹੀਦਾ ਗਾਲਾਂ ਕੱਢਣ ਤੇ ਥੱਪੜ ਇੱਕ ਥੱਪੜ ਮਾਰੇ ਕੌਣ ਸਕੂਲ ਚ ਤੇ ਪੈਂਦੀ ਹੈ ਬਟ ਹੁਣ ਸਕੂਲ ਚ ਪੈਂਦੇ ਕੱਪੜਾ ਪੈਂਦੇ ਸੀ ਨਾ ਮਤਲਬ ਪਹਿਲਾਂ ਪਹਿਲਾਂ ਤਾਂ ਹੁਣ ਤਾਂ ਬੰਦ ਹੋ ਗਿਆ ਹੁਣ ਕੀ ਤੇ ਪਹਿਲਾਂ ਪੈਂਦੇ ਸੀ ਤਾਂ ਹੁਣ ਤਾਂ ਆਪੇ ਪੈ ਜਾਏ ਦਾ ਬੱਪੇ ਪੈ ਨਹੀਂ ਫੋਰ ਐਗਜ਼ਾਮਪਲ ਤੁਸੀਂ ਕਿਹਾ ਕਿ ਥੱਪੜ ਗਾਲਾ ਕੱਢਣ ਤੇ ਥੱਪੜ ਦਾ ਫਾਈਨ ਪਹਿਣਾ ਚਾਹੀਦਾ ਉਹ ਥੱਪੜ ਮਾਰੇ ਕੌਣ ਬੱਪੇ ਵਾਜੇ ਨਾ ਬੱਪੇ ਪਾ ਦੇ ਅੱਛਾ ਬੱਪੇ ਹੀ ਹਿੱਡਰ ਹਿੱਡਰ ਦਾ ਪਰਮਿਸਿਵ ਨਹੀਂ ਆ ਟਾਈਪ ਲਾਈਕ ਐਨੀ ਲਾਈਵ ਦਾ ਥੱਪੜ ਹੁੰਦਾ ਇੱਕ ਇੱਕ ਨਾਰਮਲ ਥੱਪੜ ਹੁੰਦਾ ਹੈ ਲਾਈਵ ਦਾ ਥੱਪੜ ਪੈ ਜਾਦਾ ਉਹ ਉਹ ਵਧੀਆ ਜਵਾਬ ਹੀ ਤੁਹਾਡਾ ਇਸ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਗੱਲ ਤੇ ਫਾਈਨ ਪਾਣਾ ਉਹ ਫਿਰ ਗਾਹ ਜਾ ਕੇ ਵੀ ਨਹੀਂ ਚਲਾ ਸਕਣਾ ਹਾਏ ਹੱਥ ਪੈੜ ਤੋੜ ਦੋਗੇ ਓਕੇ ਚਲੋ ਇਹ ਤਾਂ ਹੋ ਗਿਆ ਓਵਰ ਆਲ ਗੱਲ ਕੀਤੀ ਜੇ ਤੁਸੀਂ ਇਹਨੂੰ ਫਾਈਨ ਪਾਉਣਾ ਹੋਵੇ ਕਿਸੇ ਗੱਲ ਤੇ ਕਿਹੜੀ ਗੱਲ ਤੇ ਫਾਈਨ ਪਾਉਣਾ ਕ੍ਰਿੰਜਰ ਕਿਤਾ ਕਿਹੜੀ ਆਰ ਕਿਤਾ ਫालतू ਦੀ ਆਰ ਕਿਤਾ ਬੱਲਾ ਕਿਹੜੀਆਂ ਬੋਲੀਆ ਕ੍ਰਿੰਜ ਕ੍ਰਿੰਜ ਇਹ ਵਰਡ ਤੇ ਕੀ ਫਾਈਨ ਦੇਣਾ ਹੁਣ ਇਹਨੂੰ ਕੀ ਫਾਈਨ ਦੇਣਾ ਭਰਾ ਹੋਰ ਕਿ ਨਹੀਂ ਫਿਰ ਵੀ ਫਿਰ ਵੀ ਮਾੜਾ ਮੋਟਾ ਹੀ ਮਾੜਾ ਮੋਟਾ ਫੋਨ ਲੈ ਲੈ ਹੋਰ ਕੀ ਇੱਕ ਦਿਨ ਵਾਸਤੇ ਆਹ ਹੋਰ ਲੈ ਲੈਣਾ ਹੋਰ ਐ ਨਹੀਂ ਪਾਉਗਾ ਨਾ ਤਾਈ ਤਾਂ ਅੱਛਾ ਚਲੋ ਇਹ ਤਾਂ ਉਹਨਾਂ ਨੇ ਹੋ ਗਿਆ ਜਿਹੜੀਆਂ ਹਰਕਤਾਂ ਤੇ ਹਨਾ ਤੁਸੀਂ ਜੇ ਇਹਨੂੰ ਫਾਈਨ ਦੇਣਾ ਹੋਵੇ ਕਿਹੜੀ ਗੱਲ ਤੋਂ ਫੋਨ ਨਾ ਉਠਾਣੇ ਪਏ ਫੋਨ ਨਹੀਂ ਚੱਕਦਾ ਇਹ ਨਹੀਂ ਮੈਂ ਉਹ ਚੱਕ ਦਿੱਤਾ ਲੇਕਿਨ ਕਈ ਲੋਕ ਮੇਰੇ ਕੋ ਬੋਲਦੇ ਨਾ ਕਿ ਤੇਰਾ ਫੋਨ ਉਠਾ ਲੇਤਾ ਹੈ ਔਰ ਕਿਸੇ ਦਾ ਉਠਾਤਾ ਨਹੀਂ ਹੈ ਅੱਛਾ ਤੇ ਫਾਈਨ ਕੀ ਦੇਣਾ ਫੋਨ ਨਾ ਚੱਕਣ ਤੇ

ਮੈਂ ਵਰਕ ਕਰਦਾ ਜੀ ਹਾਈ ਕੋਰਟ ਹਾਈ ਕੋਰਟ ਲੇਕ ਤੇ ਕਿਦੇ ਨਾਲ ਆਇਓ ਬਸ ਇਕੱਲਾ ਹੀ ਆ ਹਾਂ ਜੀ ਟਾਈਮ ਪਾਸ ਨਹੀਂ ਹੋ ਰਹਾ ਬਸ ਆਗੇ ਹੈ ਨਾਲ ਕਿਸੇ ਫਰੈਂਡ ਨੂੰ ਲੈ ਆਉਣਾ ਸੀ ਫਰੈਂਡ ਹੈ ਨਹੀਂ ਜੀ ਨਹੀਂ ਸਿੰਗਲ ਹੀ ਬਣਾਇਆ ਆ ਰਾਮ ਨੇ ਅੱਛਾ ਠੀਕ ਹੈ ਜੀ ਓਕੇ ਮੈਂ ਨਾ ਤੁਹਾਨੂੰ ਇੱਕੋ ਹੀ ਸਵਾਲ ਪੁੱਛਣਾ ਆ ਜਿੱਦਾਂ ਟ੍ਰੈਫਿਕ ਰੂਲਸ ਹੁੰਦੇ ਆ ਕੋਈ ਟ੍ਰੈਫਿਕ ਰੂਲ ਤੋੜਦਾ ਆ ਤੇ ਉਹਨੂੰ ਫਾਈਨ ਪੈਂਦਾ ਆ ਜੇ ਇਦ ਇਨਸਾਨਾਂ ਦੇ ਉੱਤੇ ਇਹ ਚੀਜ਼ ਲਾਗੂ ਕੀਤੀ ਜਾਵੇ ਤੁਹਾਨੂੰ ਕੀ ਲੱਗਦਾ ਕਿ ਇਨਸਾਨਾਂ ਦੀ ਕਿਹੜੀ ਗੱਲ ਤੇ ਉਹਨੂੰ ਫਾਈਨ ਪਣਾ ਚਾਹੀਦਾ ਆ Uh, मेरा तो यही ओपिनियन है जी कि जो मतलब यहाँ पे जैसे साफ सफाई है यहाँ पे लेक से ही लगा लो हाँ हाँ. कि यहाँ पे कूड़ा वगैरह uh, मतलब हाँ मतलब कोई भी खा पी के चीज डाल देते हैं या फिर थूप देते हैं हुँ. कहीं पे भी उन पे लगना चाहिए बस ज्यादा तो लगना चाहिए ਫਾਈਨ ਪੈਸੋਂ ਕਾ ਹੀ ਲੱਗਣਾ ਚਾਹੀਦਾ ਜੈਸੇ ਘਰ ਪੇ ਚਲਾਣਾ ਜਾਂਦਾ ਨਾ ਫੋਨ ਪੇ ਮੈਸੇਜ ਦਾ ਐਸੇ ਹੀ ਆਦਮੀਆਂ ਦੇ ਵੀ ਨੰਬਰ ਪਲੇਟ ਲੱਗਣੀ ਚਾਹੀਦੀ ਸਕੈਨਰ ਲੱਗਣਾ ਚਾਹੀਦਾ ਇੱਥੇ ਹਾਂ ਇੱਥੇ ਸੋ ਸਕੈਨਰ ਬਈ ਸਿੱਧਾ ਚਲਾਣ ਆ ਗਿਆ ਬਈ ਫੋਨ ਇਹਨੇ ਠੁੱਕਿਆ ਸੀ ਇਹਨੂੰ ਇੰਨਾ ਫਾਈਨ ਹਾਂਜੀ ਹੈਨਾ ਹਾਂ ਜਿਹਾਂ ਪੇ ਵੀ ਕੈਮਰੇ ਲਗਾਣੇ ਚਾਹੀਏ ਜਗ੍ਹਾ ਜਗ੍ਹਾ ਅੱਛਾ ਚਲੋ ਇਹ ਤਾਂ ਬਾਕੀ ਇਹਦੀ ਓਵਰਆਲ ਗੱਲ ਹੋ ਗਈ ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਕਿਹੜੀ ਚੀਜ਼ ਆ ਕਈ ਵਾਰੀ ਹੁੰਦਾ ਫੋਰ ਐਗਜ਼ਾਮਪਲ ਮੈਂ ਲੇਟ ਉੱਠਦੀ ਆ ਮੈਨੂੰ ਲੇਟ ਉੱਠਣ ਦਾ ਫਾਈਨ ਪਾਣਾ ਚਾਹੀਦਾ ਤੁਹਾਨੂੰ ਕਿ ਤੁਹਾਨੂੰ ਕੀ ਲੱਗਦਾ ਤੁਹਾਡੇ ਤੇ ਕਿਹੜਾ ਫਾਈਨ ਪੈ ਸਕਦਾ ਮੇਰੇ ਕੋ ਵੀ ਇਹੀ ਹੈ ਜੀ ਲੇਟ ਉੱਠਣਾ ਸਭ ਕੋਈ ਇਹ ਸਰਦੀਆਂ ਮੇ ਤਾਂ ਸਭ ਕਾ ਇਹ ਹੀ ਮਿਲੇਗਾ ਫਿਰ ਤਾਂ ਸਭ ਸਰਦੀਆਂ ਮੇ ਅਮੀਰ ਹੋ ਜਾਣਗੇ ਜੋ ਫਾਇਨ ਲਗਾਤੇ ਹੋ ਹਣਾ ਕਿਉਂਕਿ ਰਜਾਈ ਛੇ ਨਿਕਲਤੇ ਨਹੀਂ ਲੋਗ ਰਜਾਈ ਤਾਂ ਨਿਕਲਣ ਨੂੰ ਰਜਾਈ ਨਹੀਂ ਛੱਡਦੀ ਹਾਂਜੀ ਰਜਾਈ ਨਹੀਂ ਛੱਡਦੀ ਉਹ ਫਿਰ ਆਮਨੇ ਅਭੀ ਆਸ ਧੂਪ ਨਿਕਲਦੀ ਤਾਂ ਨਿਕਲਾ ਹੈ ਵਰਨਾ ਯਾਹਾਂ ਪੇ ਮੈਂ ਕੇਲਾ ਹੀ ਆਤਾ ਥਾ ਮੈਂ ਤਾਂ ਵੈਸੇ ਰੋਜ਼ ਆਤਾ ਹਾਂ ਯਾਹਾਂ ਪੇ ਤਾਂ ਬਸ ਯਾਹਾਂ ਪੇ ਅੱਜ ਹੀ ਭੀੜ ਦੇਖੀ ਕਿਉਂਕਿ ਧੂਪ ਨਿਕਲੀ ਹੋਈ ਹੈ ਹਾਂ ਧੁੱਪ ਪਗਰ ਕੇ ਚਲੋ ਜੀ ਮੈਨੂੰ ਚੰਗਾ ਲੱਗਾ ਜੀ ਗੱਲ ਕਰਕੇ ਤੁਹਾਨੂੰ ਥੈਂਕ ਕਿੱਦਾਂ ਜੀ ਠੀਕ ਹੋ ਬੜੀਆ ਜੀ ਤੁਸੀਂ ਕਿੱਦਾਂ ਜੀ ਐਨ ਅਸੀਂ ਉਰੇ ਚੰਡੀਗੜ੍ਹ ਬੈਕਗਰਾਉਂਡ ਬੈਕਗਰਾਉਂਡ ਉਤਰਾਖੰਡ ਉਤਰਾਖੰਡ ਤੋਂ ਤੁਸੀਂ ਉਤਰਾਖੰਡ ਤੋਂ ਕੀ ਕਰਦੇ ਹੋ ਜਾਂ ਕਰਦੇ ਸੀ ਆਪਣਾ ਤਾਂ ਨੌਕਰੀ ਛੋੜ ਦਈਓ ਛੱਡਤੀ ਕਿ ਬੱਚਾ ਕੰਪਲੀਟ ਹੋ ਗਿਆ ਹਾਂ ਕੰਪਲੀਟ ਹੋ ਗਿਆ ਹਾਂ ਕੀ ਕਰਦੇ ਸੀਗੇ ਤੁਸੀਂ ਮੈਂ ਤਾਂ ਕੁੱਕ ਤਾਂ ਹਾਂ ਬਹੁਤ ਵਧੀਆ ਤੁਸੀਂ ਮੈਂ ਤਾਂ ਇਰੀਗੇਸ਼ਨ ਡਿਪਾਰਟਮੈਂਟ ਤੋਂ ਚਲੋ ਜੀ ਇੱਥੇ ਲੇਖ ਤੇ ਡੈਲੀ ਆਉਂਦੇ ਹੋ ਹਾਂ ਡੈਲੀ ਡਿਊਟੀ ਉਰੇ ਇਹ ਦੇ ਇੱਥੇ ਲੇਖ ਤੇ ਆਉਂਦੇ ਹੋ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਤੁਹਾਨੂੰ ਇੱਕੋ ਹੀ ਸਵਾਲ ਪੁੱਛਣਾ ਦੋਨਾਂ ਨੂੰ ਜਿੱਦਾਂ ਟ੍ਰੈਫਿਕ ਰੂਲਸ ਹੁੰਦੇ ਨਾ ਜੇ ਕੋਈ ਟ੍ਰਾਫਿਕ ਰੂਲ ਤੋੜਦਾ ਤੇ ਉਹਨੂੰ ਫਾਈਨ ਪੈਂਦਾ ਆ ਜੇ ਦੇ ਇਨਸਾਨਾਂ ਦੇ ਉੱਤੇ ਲਾਗੂ ਕੀਤਾ ਜਾਵੇ ਕਿ ਇਨਸਾਨ ਜੇ ਆ ਚੀਜ਼ ਕਰੂਗਾ ਇਹਨੂੰ ਫਾਈਨ ਪੈਣਾ ਆ ਤੁਹਾਨੂੰ ਕੀ ਲੱਗਦਾ ਕਿ ਇਨਸਾਨਾਂ ਨੂੰ ਕਿਹੜੀ ਗੱਲ ਤੇ ਫਾਈਨ ਪੈਣਾ ਚਾਹੀਦਾ ਤਾਨ ਨੂੰ ਜਿਵੇਂ ਅਬਾਦੀ ਪੂਰੇ ਚੱਲ ਰਹੇ ਨੇ ਠੀਕ ਹੈ ਨਾ ਹਾਂ ਤੋ ਵੀ ਜੋ ਹੈ ਕੂੜਾ ਵਗੈਰਾ ਰੋੜ ਤੇ ਨਹੀਂ ਸੁੱਟਣਾ ਚਾਹੀਏ ਉਹ ਸਾਬ ਸਫਾਈ ਦੀ ਜਗ੍ਹਾ ਮਤਲਬ ਜੋ ਹੈ ਜੋ ਕੂੜਾਦਾਨ ਬਣਾਵਾ ਹੈ ਉਸ ਵਿੱਚ ਡਾਲਣਾ ਚਾਹੀਏ ਹੋਰ ਸੈਰ ਤੋਂ ਜ਼ਰੂਰੀ ਹੈ ਹਾਂ ਹਾਂਜੀ ਬਿਲਕੁਲ ਅੱਛਾ ਤੇ ਜਿੱਦਾਂ ਹੁਣ ਤੁਸੀਂ ਬਿਲਕੁਲ ਸਹੀ ਕਿਹਾ ਆ ਕਿ ਡਸਟਬਿਨ ਦੇ ਵਿੱਚ ਹੀ ਕੂੜਾ ਸੱਟਣਾ ਚਾਹੀਦਾ ਆਸੇ ਪਾਸੇ ਨਹੀਂ ਜੇ ਫੋਰ ਐਗਜ਼ਾਮਪਲ ਇੱਧਰ ਉੱਧਰ ਕੂੜਾ ਸੈੱਟ ਦਿੱਤਾ ਉਹਨਾਂ ਨੂੰ ਕੀ ਫਾਈਨ ਪੈਣਾ ਚਾਹੀਦਾ ਉਹਨਾਂ ਨੂੰ ਤਾਂ ਫੈਨ ਪੈਣਾ ਚਾਹੀਦਾ ਕਿਹੜੀ ਚੀਜ਼ ਦਾ ਪੈਸੇ ਦਾ ਜੁਰਮਾਨਾ ਵੀ ਸਜ਼ਾ ਵੀ ਹੋਣੀ ਚਾਹੀਦੀ ਤੇ ਜੁਰਮਾਨਾ ਵੀ ਪਹਿਣਾ ਚਾਹੀਦਾ ਹੈ ਦੋਨੋਂ ਚੀਜ਼ਾਂ ਹੋਣੀ ਚਾਹੀਦੀ ਹੈ ਓਕੇ ਵਧੀਆ ਵਧੀਆ ਇਹੋ ਚੀਜ਼ ਸੱਚੀ ਹੋਣੀ ਚਾਹੀਦੀ ਅੱਛਾ ਇਸ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ ਹੋਰ ਕੀ ਹੋ ਸਕਦਾ ਵਾ ਮੈਨੂੰ ਕੋਤੋਂ ਕੋਈ ਨਹੀਂ ਸਭ ਕੁਝ ਵੀ ਕੁਝ ਵੀ ਲਾ ਲੋ ਨਹੀਂ ਆ ਕੁਝ ਫੋਰ ਐਗਜ਼ਾਮਪਲ ਕਿ ਤੁਹਾਨੂੰ ਗੁੱਸਾ ਆਉਂਦਾ ਇਹਨੂੰ ਗੁੱਸਾ ਬਹੁਤ ਆਉਂਦਾ ਇਹਨੂੰ ਇੱਥੇ ਫਾਈਨ ਕੀ ਐਵੇਂ ਗੁੱਸਾ ਆ ਜਾਂਦਾ ਐਗਜ਼ਾਮਪਲ ਤੁਸੀਂ ਕਿੰਨੇ ਦੇ ਤੋਂ ਇੱਕ ਦੂਜੇ ਨੂੰ ਜਾਣਦੇ ਹੋ ਅਸੀਂ ਤਾਂ ਅੱবি ਦੋ ਚਾਰ ਸਾਲਾਂ ਤੋਂ ਜਾਣਦੇ ਹਾਂ

ਤੁਸੀਂ ਪਸ਼ਕੂਲਾ ਤੋਂ ਕੀ ਕਰਦੇ ਹੋ ਜੀ ਅਸੀਂ ਐਕਟਿੰਗ ਵਗੈਰਾ ਕਰਦੇ ਆ ਐਕਟਿੰਗ ਕਰਦੇ ਹੋ ਜੀ ਕਿਹਦੀ ਐਕਟਿੰਗ ਕਰਦੇ ਹੋ ਮੈਂ Song ਵਗੈਰਾ ਮੈਂ ਐਕਟਿੰਗ ਕਰਦਾ ਹਾਂ ਵੈਸੇ ਰੀਲ ਵਗੈਰਾ ਬਣਾਉਂਦਾ ਹਾਂ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਅਸੀਂ ਸੋਲਡਾਉਨ ਦਾ ਪ੍ਰੋਗਰਾਮ ਕਰਦੇ ਆ ਠੀਕ ਹੈ ਜੀ ਠੀਕ ਹੈ ਵਧੀਆ ਗੱਲ ਹੈ ਅੱਛਾ ਤੇ ਲੇਕ ਤੇ ਦਿੱਲੀ ਆਉਂਦੇ ਹੋ ਨਹੀਂ ਨਹੀਂ ਵਿੱਚ ਵਿੱਚ ਦਿੱਲੀ ਵਿੱਚ ਵਿੱਚ ਜਾਂਦੀ ਆ ਤੁਸੀਂ ਅਸੀਂ ਵੀ ਬਸ ਵੀਡੀਓ ਬਣਾਉਣੇ ਲਈ ਮਨ ਕੀਤਾ ਤਾਂ ਆ ਗਏ ਨਾਲ ਧੁੱਪ ਵੀ ਨਿਕਲੀ ਹੈ ਹਾਂ ਜੀ ਵੈਸੇ ਵੀ ਨਿਤਨੇ ਤੋਂ ਮੌਸਮ ਖਰਾਬ ਸੀ ਹਾਂ ਹਾਂ ਹੁੰਦਾ ਹੈ ਓਕੇ ਮੈਨੂੰ ਤੁਹਾਨੂੰ ਇੱਕੋ ਹੀ ਸਵਾਲ ਪੁੱਛਣਾ ਹੈ ਹਾਂ ਜੀ ਜਿੱਦਾਂ ਟ੍ਰੈਫਿਕ ਰੂਲਸ ਹੁੰਦੇ ਨਾ ਜਦੋਂ ਕੋਈ ਟ੍ਰੈਫਿਕ ਰੂਲ ਤੋੜਦਾ ਆ ਤੇ ਉਹਨੂੰ ਫਾਈਨ ਪੈਂਦਾ ਆ ਜੇ ਇਦਾਂ ਦੇ ਰੂਲ ਇਨਸਾਨਾਂ ਤੇ ਲਾਗੂ ਕੀਤੇ ਜਾਣ ਤੁਹਾਨੂੰ ਕੀ ਲੱਗਦਾ ਕਿ ਇਨਸਾਨਾਂ ਦੀ ਕਿਹੜੀ ਗੱਲ ਤੇ ਉਹਨੂੰ ਫਾਈਨ ਪੈਣਾ ਚਾਹੀਦਾ ਆ ਜੋ ਲੜਕੀਆਂ ਦੇ ਉੱਪਰ ਵੀ ਬੋਲਣਾ ਚਾਹੀਏ ਨਾ ਕਿਸੇ ਤੇ ਵੀ ਕਿਸੇ ਤੇ ਵੀ ਲੋਕਾ ਦੇਣ ਵਾਲੀ ਖੁਰਾਕ ਕਰਨੀ ਚਾਹੀਏ ਨਾ ਫਾਈਨ ਅੱਜ ਤੇ ਕੁੜੀ ਤੋ ਖਾ ਜਾਂਦੀ ਆ ਉਹਨੂੰ ਕਿਹੜਾ ਫਾਈਨ ਪੈਣਾ ਚਾਹੀਦਾ ਉਹਨੂੰ ਫਾਸੀ ਹੋਣੀ ਚਾਹੀਦੀ ਜੀ ਹੈ ਫਾਸੀ ਹੋਣੀ ਚਾਹੀਦੀ ਐ ਇੰਨਾ ਵੀ ਨਹੀਂ ਇੰਨਾ ਨਹੀਂ ਠੀਕ ਐ ਬਸ ਇਨੀ ਸਜ਼ਾ ਮਿਲਣੀ ਚਾਹੀਦੀ ਕਿ ਉਹਨੂੰ ਅਗਲੀ ਨੂੰ ਪਤਾ ਚੱਲੇ ਹੂੰ ਹ ਕਿਹੜਾ ਉਹਨੂੰ ਛੱਡ ਕੇ ਕਿਸੇ ਨੂੰ ਛੱਡਿਆ ਹਾਂ ਕੀ ਹੁੰਦਾ ਹਾਂ 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 ਠੀਕ ਹੈ ਤੁਹਾਨੂੰ ਪਤਾ ਲੱਗਣਾ ਚਾਹੀਦਾ ਉਹ ਉਹਦੇ ਬੰਦੇ ਸੀ ਕਿਹੜੀ ਚੀਜ਼ ਦਾ ਲਈ ਕਿ ਕਿਸ ਚੀਜ਼ ਦਾ ਉਹਨੂੰ ਸਜ਼ਾ ਦੇਣੀ ਚਾਹੀਦੀ ਹੈ ਸਜ਼ਾ ਕੀ ਸਜ਼ਾ ਦੇ ਕੇ ਕੀ ਕਰਨਾ ਜੀ ਨਹੀਂ ਮੈਂ ਤਾਂ ਸਜ਼ਾ ਦੇ ਤਾ ਨਹੀਂ ਜੀ ਅੱਛੀ ਜੀ ਮੈਂ ਸਜ਼ਾ ਦਿਲਾਉਣਾ ਚਾਹੁੰਗਾ ਜੀ ਕਿਹੜੀ ਸਜ਼ਾ ਤੇ ਲਾਉਣੀ ਤੁਸੀਂ ਮੈਂ ਤੁਹਾਨੂੰ ਸਿੱਧੀ ਬੋਲੂਗਾ ਜੀ ਇਹਦੇ ਨਾਲ ਕੀ ਕਰੇ ਬਸ ਉਹ ਨਹੀਂ ਹਾਂ ਉਹ ਮੈਂ ਉਹਨੂੰ ਡੇਲੀ ਛੇਤਾ ਹਾਂ ਹਾਂ ਡੇਲੀ ਛੇਤਾ ਜੀ ਨੂੰ ਉਹ ਛਿੱਤਰ ਮਤਲਬ ਕੀ ਛਿੱਤਰ ਪਾਵਾਂ اچھا ਹਾਂਜੀ ਹੋਏ ਉਹਦੀ ਸਦਾ ਹੀ ਹੋਗੀ ਐ ਹੀ ਉਹਦੇ ਨਹੀਂ ਹੱਥ ਚੱਕੀ ਦਾ ਹੁੰਦਾ ਕੁੜੀਆਂ ਤੇ ਅੱਛਾ ਜੀ ਉਹ ਹਮਾਰੇ ਦਿਲ ਕੋ ਠੇਸ ਪਹ ਜਾਤੀ ਹੈ ਉਹ ਨਹੀਂ ਦਿਖਦਾ ਜੀ ਕਿਸੇ ਨੂੰ ਤੁਸੀਂ ਉਹਦਾ ਦਿਲ ਤੜਾਓ ਕਿਸੇ ਤਰੀਕੇ ਦੇ ਨਾਲ ਹੈ ਹੱਥ ਥੋੜਾ ਚੱਕੀ ਦਾ ਫਿਰ ਜੇ ਇੱਕ ਕੰਮ ਕਰਨਾ ਚਾਹੀਦਾ ਦੂਸਰੇ ਬੋਏ ਆਪਣੀ ਦੂਸਰੇ ਬੋਏ ਫਰੈਂਡ ਬਸਾਓ ਉਸੇ ਤੜਵਾ ਦਿਓ ਹਾਂ ਫਿਰ ਉਹੀ ਚੀਜ਼ ਕਿ ਨਹੀਂ ਉਹ ਕਰਕੇ ਦੇਖੋ ਫਿਰ ਜੇ ਉਹ ਕਰਤੇ ਤੁਸੀਂ ਮੰਨਦੇ ਤੋ ਨਹੀਂ ਬਾਤ ਤੇ ਹੋਈ ਇਹ ਅੱਜ ਸ਼ਾਮ ਹੁੰਦੀ ਹੈ ਕੈਮਰੇ ਦੇ ਉੱਤੇ ਕਿੱਤਾ ਕੀ ਕੀਤਾ ਜਾ ਸਕਦਾ ਅੱਛਾ ਚਲੋ ਇਹ ਤਾਂ ਹੋ ਗਈ ਓਵਰਆਲ ਗੱਲ ਹੋ ਗਈ ਹੈ ਨਾ ਜੇ ਤੁਸੀਂ ਇੱਕ ਦੂਜੇ ਦੀ ਗੱਲ ਕਰੋ ਤੁਸੀਂ ਇੱਕ ਦੂਜੇ ਨੂੰ ਕਾਫੀ ਟਾਈਮ ਤੋਂ ਜਾਣਦੇ ਹੋ ਫੋਰ ਐਗਜ਼ਾਮਪਲ ਤੁਸੀਂ ਇਹਨਾਂ ਤੇ ਫਾਈਨ ਲਾਉਣਾ ਕਿਸੇ ਗੱਲ ਦਾ ਕਿਹੜੀ ਗੱਲ ਦਾ ਲਾਉਂ ਕਿ ਇਹਨਾਂ ਤੇ ਫਾਈਨ ਜੀ ਮੈਂ ਬਸ ਇਹ ਮੇਰੇ ਤੋਂ ਅਗਰ ਦੂਰ ਗਿਆ ਤਾਂ ਫਾਈਨ ਲਾ ਸਕਦਾ ਨਹੀਂ ਤਾਂ ਕੁਝ ਨਹੀਂ ਲਗਾ ਸਕਦਾ ਜੀ ਹਾਂ ਕੀ ਫਾਈਨ ਲਾਉਣਾ ਜੇ ਦੂਰ ਚੱਲ ਗਿਆ ਕੀ ਫਾਈਨ ਲਾਉਣਾ ਹੁਣ ਤਾਂ ਨੇੜੇ ਵੀ ਨਹੀਂ ਇਸ ਕੇ ਬਾਅਦ ਕبھی ਬਾਤ ਨਹੀਂ ਕਰਨੀ ਫਿਰ ਉਸ ਤੇ ਹਾਂ ਓਕੇ ਇਹ ਚੱਲ ਲੋ ਇਹ ਹੋ ਗਿਆ ਜੇ ਦੂਰ ਗਿਆ ਫਾਈਨ ਇਹਦੇ ਤੇ ਕੀ ਲਾਉਂਗੇ ਇਹਦੇ ਇਹੀ ਫਾਈਨ ਹੈ ਜੀ ਇਹ ਦੂਰ ਨਾ ਹੋ ਇੱਕ ਤਾਂ ਹਾਂ ਜੇ ਦੂਰ ਹੋਣ ਦੀ ਕੋਸ਼ਿਸ਼ ਵੀ ਕਰੇ ਤਾਂ ਛੇਤਰ ਪਾਉਣੇ ਠੀਕ ਹੈ ਤੇ ਇਹਦਾ ਫਾਈਨ ਹੈ ਸਿਰਫ ਪਿਆਰ ਬਾਰ ਬਾਰ ਚੁਕਾ ਦੇਣਾ ਇਹਨੂੰ ਨਹੀਂ ਨਹੀਂ ਸਿਰਫ ਪਿਆਰ ਯਾਰ ਦੋਸਤੋ ਕੇ ਲਿਏ ਪਿਆਰ ਸਿਰ। ਹਾਂ। ਹੋਰ ਕੁਝ ਨਹੀਂ। ਚਲੋ ਮੈਨੂੰ ਪਰ ਬਹੁਤ ਚੰਗਾ ਲੱਗਾ ਜੀ ਤੁਹਾਣਾ ਗੱਲ ਕਰਕੇ ਤੁਸੀਂ ਨੇੜੇ ਹੀ ਰੋ ਕਿਤੇ ਨਹੀਂ ਦੂਰ ਜਾਣਾ ਹੈਗਾ। ਥੈਂਕ ਯੂ ਸੋ ਮਚ ਜੀ। ਓਕੇ। ਨਹੀਂ ਵੈਸੇ ਵੀ ਅਸੀਂ 8 ਸਾਲ ਤੋਂ ਸਾਥ ਹੀ ਆ। ਵਧੀਆ ਗੱਲ ਹੈ। ਓਕੇ ਥੈਂਕ ਯੂ। ਸੁਪ੍ਰਾਈਮ 뷰ਸ ਪ੍ਰੋਗਰਾਮ ਤੁਸੀਂ ਦੇਖ ਰਹੇ ਸੀ ਅੱਜ ਦਾ ਮੈਂ ਇੱਕੋ ਹੀ ਸਵਾਲ ਪੁੱਛਿਆ ਜਿੱਦਾਂ ਟ੍ਰੈਫਿਕ ਰੂਲ ਤੋੜਨ ਤੇ ਫਾਈਨ ਪੈਂਦਾ ਜੇ ਇਨਸਾਨਾਂ ਤੇ ਇਹ ਚੀਜ਼ ਲਾਗੋਵੇ ਇਨਸਾਨਾਂ ਦੀ ਕਿਹੜੀ ਗੱਲ ਤੇ ਉਹਨੂੰ ਫਾਈਨ ਪੈਣਾ ਚਾਹੀਦਾ। ਤੁਸੀਂ ਸਾਰਿਆਂ ਦੇ ਜਵਾਬ ਸੁਣ ਹੀ ਲਏ ਆ। ਜੇ ਮੈਂ ਆਪਣੀ ਗੱਲ ਕਰਾਂ ਮੈਨੂੰ ਹੁਣ ਫਾਈਨ ਤਾਂ ਮੈਨੂੰ ਪਤਾ ਨਹੀਂ ਕਿ ਕੀ ਦੇਣਾ ਚਾਹੀਦਾ ਆ ਜਾਂ ਕੁਝ ਟਾਈਮ ਲਈ ਉਹਨੂੰ ਜਮਾਂ ਹੀ ਬੋਲਣਾ ਬੰਦ ਕਰ ਦੋ ਪਰ ਉਹਨੂੰ ਦੱਸ ਕੇ ਕਿ ਮੈਨੂੰ ਤੇਰਾ ਆ ਝੂਠ ਮੇ ਫੜ ਲਿਆ ਆ ਇਹਦੇ ਤੇ ਤੈਨੂੰ ਇਹ ਫਾਈਨ ਆ ਕਿ ਮੈਂ ਤੁਹਾਨੂੰ ਹੁਣ ਬੁਲਾਉਣਾ ਨਹੀਂ ਹੈਗਾ ਚਲ ਠੀਕ ਆ ਇਨ ਫਿਊਚਰ ਜਿੱਥੇ ਲੱਗਦਾ ਕਿ ਹਾਂ ਥੋੜਾ ਹੁਣ ਠੀਕ ਹੋ ਗਿਆ ਆ ਹੋ ਨਹੀਂ ਇਹ ਸਬੰਧ ਨੇ ਝੂਠ ਬੋਲਣਾ ਮੈਨੂੰ ਕਿਉਂਕਿ ਝੂਠ ਬੋਲਣ ਤੋਂ ਜਾਂ ਜਿਹੜੇ ਬੋਲਦੇ ਨੇ ਉਹਨਾਂ ਤੋਂ ਨਫ਼ਰਤ ਆ ਇਸ ਵਜ੍ਹਾ ਕਰਕੇ ਮੈਂ ਇਹ ਕਿਹਾ ਜੇ ਤੁਸੀਂ ਇਸ ਵੀਡੀਓ ਨੂੰ YouTube ਦੇ ਉੱਤੇ ਦੇਖ ਰਹੇ ਹੋ ਤਾਂ ਤੁਹਾਡਾ ਇਹਦੇ ਤੇ ਕੀ ਕਹਿਣਾ ਹੈਗਾ ਆ ਕਮੈਂਟ ਕਰਕੇ ਦੱਸਿਓ ਜੇ ਪ੍ਰੋਗਰਾਮ ਵਧੀਆ ਲੱਗਿਆ ਉਹਨੂੰ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਹੁਣ ਮੈਨੂੰ ਨੀਲਮ ਕੋਇਨ ਨੂੰ ਦਾ ਇਚਾ ਜ਼ਰ ਤੁਸੀਂ ਦੇ ਇਧਰੋਂ ਪ੍ਰਾਈਮ ਸ਼ਰਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਟੇਕ ਕੇਅਰ ਬਾਏ ਸਸ਼ਕਲ